ਇਸ ਸ਼ੈਤਾਨ ਦੇ ਉਸ ਪੁਰਾਣੇ ਸੱਪ ਦੇ ਕੰਮਾਂ ਨੂੰ ਦੇਖੀਏ ਜਦੋਂ ਪਹਿਲਾ ਯੁੱਧ ਸਵਰਗ ਚ ਹੋਇਆ। ਆਮੇਨ। ਇਹਨੇ ਪਤਾ ਕਿੱਦਾਂ ਉਹਨਾਂ ਨੂੰ ਭਰਮਾ ਲਿਆ ਇਹਨੇ ਦੂਤਾਂ ਨੂੰ ਸਵਰਗ ਚੋ, ਕਿਉਂਕਿ ਇਹ ਸੋਹਣਾ ਬੜਾ ਹੀ। ਹਾਂ, ਬੜਾ ਬੁੱਧੀਮਾਨ ਸੀਗਾ, ਇਹਨੂੰ ਗੱਲ ਕਰਨ ਦਾ ਚੱਜ ਸੀ, ਇੰਟੈਲੀਜੈਂਟ ਬਹੁਤ ਹੀ ਦਿਮਾਗ ਬਹੁਤ ਸੀਗਾ ਔਰ ਸੋਹਣਾ ਬੜਾ ਹੈ। ਬਬਰਾਨਮ ਨੇ ਕਿਹਾ ਉਹਨੇ ਆਪਣੀ ਬਿਊਟੀ ਦੇ ਨਾਲ ਉਹਨਾਂ ਨੂੰ ਭਰਮਾਇਆ ਸਵਰਗ ਚ, ਸੋਹਣਾ ਸੀਗਾ। ਉਹਨੇ ਇਸ ਸੋਹਣੇ ਨੂੰ ਕਿਸ ਚੀਜ਼ ਲਈ ਵਰਤ ਲਿਆ? ਧੋਖੇ ਦੇਣ ਲਈ, ਭਰਮਾਉਣ ਦੇ ਲਈ। ਆਓ ਪੜ੍ਹਦੇ ਹਾਂ ਈਸ਼ਾਇਆ 14:12-14 ਵੀ ਇਹਦੀ ਤਾਰੀਫ ਦੇਖੋ, ਬਾਈਬਲ ਕਿਵੇਂ ਇਹਦੀ ਇਹਦੀ ਸਿਫਤ ਨੂੰ ਮਤਲਬ ਵਿਸ਼ਵਾਸ ਕਰਦੇ ਨਾ, ਬਾਈਬਲ ਝੂਠ ਨਹੀਂ ਬੋਲਦੀ, ਉਹ ਸੱਚ ਦੱਸਦੀ ਹੈ। ਉਹ ਵਾਕਿਆ ਹੀ ਦਿਨ ਦਾ ਤਾਰਾ ਸੀਗਾ, ਫਜ਼ਰ ਦਾ ਪੁੱਤਰ ਸੀ। ਤੂੰ ਕਿਵੇਂ ਧਰਤੀ ਤੀਕ ਵੱਢਿਆ ਗਿਆ ਹੇ ਕੌਮਾਂ ਦੇ ਢੋਣ ਵਾਲੇ? ਤੈਂ ਆਪਣੇ ਦਿਲ ਵਿੱਚ ਆਖਿਆ ਭਈ ਮੈਂ ਆਕਾਸ਼ ਉੱਤੇ ਚੜ ਜਾਵਾਂਗਾ, ਪਰਮੇਸ਼ਵਰ ਦੇ ਤਾਰਿਆਂ ਤੋਂ ਉਤਾਹਾਂ ਮੈਂ ਆਪਣਾ ਸਿੰਘਾਸਨ ਉੱਚਾ ਧਾਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ, ਮੈਂ ਬੱਦਲਾਂ ਦੀਆਂ ਉਚਾਈਆਂ ਤੇ ਚੜ ਜਾਵਾਂਗਾ, ਮੈਂ ਆਪ ਨੂੰ ਅਤ ਮਹਾਨ ਜਿਹਾ ਬਣਾਵਾਂਗਾ। ਪ੍ਰਭੂ ਦੇ ਨਾਂ ਨੂੰ ਵਡਿਆਈ ਮਿਲੇ। ਬਾਈਬਲ ਬਿਆਨ ਕਰਦੀ ਹੈ ਕਿ ਜਦੋਂ ਇਹ ਸ਼ੈਤਾਨ ਨੇ ਉੱਪਰ ਬਗਾਵਤ ਛੇੜੀ, ਹਾਲੇਲੂਇਆ, ਇਹਦੀ ਇੱਛਾ ਸੀਗੀ ਕਿ ਇਹ ਆਪਣਾ ਸਿੰਘਾਸਨ ਅਤ ਮਹਾਨ ਦੇ ਸਿੰਘਾਸਨ ਤੋਂ ਵੀ ਉੱਚਾ ਕਰੇ, ਔਰ ਤੋਂ ਵੀ ਉੱਚਾ ਜਾਏ, ਔਰ ਇਹ ਪਰਮੇਸ਼ਵਰ ਦੇ ਤਾਰਿਆਂ ਤੋਂ ਵੀ ਤਾਂ ਜਾਣਾ ਚਾਹੁੰਦਾ ਸੀਗਾ। ਇਹਨੇ ਆਪਣੀ ਮੰਸ਼ਾ ਨੂੰ ਖੋਲਿਆ ਸਵਰਗ ਦੇ ਅੰਦਰ, ਔਰ ਇਹਨੇ ਆਪਣੀ ਮੰਸ਼ਾ ਨੂੰ ਸਵਰਗ ਦੂਤਾਂ ਦੇ ਨਾਲ ਸਾਂਝਾ ਕੀਤਾ। ਪਹਿਲੇ ਇੱਕ ਨਾਲ ਗੱਲ ਕਰ, ਔਰ ਫਿਰ ਦੂਸਰੇ ਨਾਲ ਗੱਲ ਕਰ, ਹੌਲੀ 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 ਹੌਲੀ। ਸ਼ਾਇਦ ਅਗਰ ਉਹਨੇ ਦਸਾਂ ਨਾ ਕੀਤੀ, ਕੋਈ ਤਿੰਨ ਤਾਂ ਚਾਰ ਜਾਣੇ ਹੋਣਗੇ ਜਿਹੜੇ ਉਹਦੀ ਮੰਨ ਲੈਂਦੇ ਸੀਗੇ। ਹੁਣ ਜਿਹਨਾਂ ਨੇ ਉਹਦੀ ਸੁਣੀ, ਉਹ ਦੇਖਦੇ ਸੀਗੇ ਕਿ ਇਹ ਸਭ ਤੋਂ ਉੱਚੇ ਦਰਜੇ ਉੱਤੇ ਹੈ ਸਵਰਗ ਚ, ਸਾਡੇ ਸਾਰਿਆਂ ਤੋਂ ਉੱਪਰ ਦਾ ਫਰਿਸ਼ਤਾ ਆਇਆ ਹੈ, ਉੱਚੇ ਦਰਜੇ ਦਾ ਆਇਆ, ਉਹ ਰੱਜ ਕੇ ਸੋਹਣਾ ਹੈ। ਇਹਦੇ ਨਾਲ ਖਲੋਣ ਚ ਕੋਈ ਹਰਜ ਨਹੀਂ, ਇਹ ਵਾਕਿਆ ਹੀ ਇਸ ਕਾਬਿਲ ਹੈਗਾ ਹੈ ਵੀ ਜੇ ਇਹ ਸਿੰਘਾਸਨ ਦਾ ਉੱਚਾ ਹੋ ਵੀ ਜਾਏ ਤੇ ਕੀ ਪਰੇਸ਼ਾਨੀ ਹੈ, ਇਹ ਵੀ ਤੇ ਇੰਟੈਲੀਜੈਂਟ ਹੀ ਹੈ, ਇਹ ਵੀ ਤੇ ਇਹਦੇ ਵੀ ਤੇ ਪਰਾਂ ਚ ਸੰਗੀਤ ਹੈ, ਇਹ ਵੀ ਤੇ ਰੱਜ ਕੇ ਸੋਹਣਾ ਆ, ਔਰ ਉਹਦੇ ਅੰਦਰ ਐਸੀਆਂ ਕੁਆਲਿਟੀਆਂ ਸੀਗੀਆਂ ਉਹ ਅਟਰੈਕਟ ਕਰ ਸਕਦਾ ਸੀਗਾ। ਇਹਨੇ ਇਹਨਾਂ ਚੀਜ਼ਾਂ ਨੂੰ ਫੈਲਾਉਣਾ ਸ਼ੁਰੂ ਕੀਤਾ, ਔਰ ਜਿਨ੍ਹਾਂ ਨੇ ਤੇ ਉਹਦੀ ਖੂਬਸੂਰਤੀ ਦੇਖੀ, ਉਹਦੀਆਂ ਇੰਟੈਲੀਜੈਂਸ ਵਾਲੀਆਂ ਗੱਲਾਂ ਨੂੰ ਦੇਖਿਆ, ਉਹਦੇ ਪ੍ਰਭਾਵ ਨੂੰ ਦੇਖਿਆ, ਉਹ ਇਹਦੇ ਨਾਲ ਰਲ ਕੇ ਉਹ ਫਸ ਕੇ, ਹਾਲੇਲੂਇਆ, ਆਮੇਨ, ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ। ਪਰ ਅਸੀਂ ਦੇਖਦੇ ਹਾਂ ਕਿ ਇਹਦਾ ਏਜੰਡਾ ਉੱਥੇ ਸਫਲ ਨਹੀਂ ਹੋਇਆ, ਕਿਉਂਕਿ ਤੁਸੀਂ ਕਿੰਨੇ ਸੋਹਣੇ ਹੋ, ਕਿੰਨੇ ਬੁੱਧੀਮਾਨ ਹੋ, ਕਿੰਨਾ ਤੁਹਾਨੂੰ ਗੱਲ ਕਰਨ ਦਾ ਢੰਗ ਹੈ, ਔਰ ਕਿੰਨਾ ਤੁਹਾਡਾ ਪ੍ਰਭਾਵ ਵਧੀਆ ਹੈ। ਵਚਨ ਦੇ ਅੱਗੇ ਕੋਈ ਵੀ ਚੀਜ਼ ਮਾਇਨੇ ਨਹੀਂ ਰੱਖਦੀ, ਸਭ ਤੋਂ ਸਰਵ ਸ਼੍ਰੇਸ਼ਟ ਵਚਨ ਹੈ। ਵਚਨ ਇਹਨਾਂ ਚੀਜ਼ਾਂ ਕਰਕੇ ਡਿੱਗ ਨਹੀਂ ਸਕਦਾ, ਵਚਨ ਦਾ ਆਪਣਾ ਸਥਾਨ ਹੈ। ਪਰ ਜਦੋਂ ਪਰਮੇਸ਼ਵਰ ਤਾਈ ਦੇ ਗੁਣ ਨੂੰ ਦੀ ਦੇਖੋ, ਬਾਈਬਲ ਬਿਆਨ ਕਰਦੀ, ਜਦੋਂ ਯਿਸੂ ਮਸੀਹ ਧਰਤੀ ਉੱਤੇ ਆਇਆ, ਉਹਦਾ ਕੋਈ ਸੁਹੱਪਣ ਨਹੀਂ ਸੀ,
ਫਿਰ ਵੀ ਸਭ ਤੋਂ ਉੱਚਾ ਜੀਵਨ, ਸਭ ਤੋਂ ਉੱਚਾ ਕਰੈਕਟਰ, ਨਾ ਉਹਦੇ ਵਰਗਾ ਕੋਈ ਪੈਦਾ ਹੋਇਆ, ਨਾ ਕਦੇ ਹੋ ਸਕਦਾ ਹੈ। ਔਰ ਭਾਵੇਂ ਬਹੁਤ ਸੋਹਣਾ ਸੀਗਾ, ਬੜਾ ਅਟਰੈਕਟਿਵ ਸੀ, ਉਹਨੂੰ ਗੱਲਾਂ ਕਰਨ ਦਾ ਢੰਗ ਸੀਗਾ, ਉਹਨੂੰ ਆਪਣੀ ਗੱਲ ਪੇਸ਼ ਕਰਨ ਦਾ ਢੰਗ ਸੀ, ਉਹਦੇ ਅੰਦਰ ਕਾਬਲੀਅਤ ਸੀਗੀ ਕਿ ਅਗਲਾ ਬੰਦਾ ਸੋਚੇ ਕਿ ਇਹਨੂੰ ਜੇ ਮਿਲ ਵੀ ਜਾਏ ਉੱਚਾ ਸਿੰਘਾਸਨ ਤੇ ਕੀ ਹੈ। ਮਤਲਬ ਇੰਨਾ ਮਾਤਾ, ਇੰਨੀ ਰੈਪੂਟੇਸ਼ਨ ਉਹ ਰੱਖਦਾ ਸੀਗਾ। ਹਾਲੇਲੂਇਆ। ਪਰ ਵਚਨ ਦੇ ਅੱਗੇ ਨਹੀਂ ਚੱਲਿਆ, ਬਾਈਬਲ ਬਿਆਨ ਕਰਦੀ ਇਹਨੂੰ ਠੁੱਟ ਮਾਰ ਕੇ ਮਿਕਾਇਲ ਤੇ ਉਹਦੇ ਦੂਤਾਂ ਨੇ ਥੱਲੇ ਸੁੱਟਿਆ। ਉਹ ਪ੍ਰਭੂ ਦੇ ਨਾਮ ਨੂੰ ਵਡਿਆ ਹੀ ਮਿਲੇ। ਨਬੀ ਨੇ ਕਿਹਾ ਕਿ ਕੁਛ ਉੱਥੇ ਸੀਗੇ ਜਿਹੜੇ ਇਹਦੇ ਪ੍ਰਭਾਵ ਦੇ ਥੱਲੇ ਨਹੀਂ ਆਏ। ਉਹਨੇ ਕਿਹਾ ਅੱਜ ਸੰਦੇਸ਼ ਉਹਨਾਂ ਦੇ ਲਈ ਹੀ ਹੈ ਜਿਹੜੇ ਉਦੋਂ ਇਹਦੇ ਪ੍ਰਭਾਵ ਥੱਲੇ ਨਹੀਂ ਸੀ ਆਏ, ਅੱਜ ਵੀ ਇਹਦੇ ਪ੍ਰਭਾਵ ਥੱਲੇ ਉਹ ਨਹੀਂ ਆਣਗੇ। ਮੈਂ ਤੁਹਾਨੂੰ ਵਿਸ਼ਾ ਦਿੱਤਾ ਆ, ਉਹ ਅੱਜ ਵੀ ਨਹੀਂ ਬਦਲਿਆ। ਜੇ ਉਦੋਂ ਸੋਹਣਾ ਸੀ, ਮੈਂ ਕਹਿੰਦਾ ਅੱਧਾ ਤੁਸੀਂ ਕਰੋ, ਅੱਜ ਵੀ ਉਹ ਸੋਹਣਾ, ਥੋੜਾ ਜਿਹਾ ਰੱਜ ਕੇ। ਉਦੋਂ ਇਹਦੀ ਮਨਸ਼ਾ ਸੀਗੀ ਕਿ ਮੈਂ ਸੋਹਣਾ ਹੀ ਰਵਾਂ। ਅੱਜ ਜਿਹਦੇ ਅੰਦਰ ਉਹਦਾ ਹੀ ਆਤਮਾ ਹੈ, ਉਹਦੇ ਕੋਲ ਪਵਿੱਤਰ ਆਤਮਾ ਹੋਏ ਜਾਂ ਨਾ ਹੋਏ, ਉਹਦੇ ਕੋਲ ਆਪਣੀ ਪਰਸਨਲ ਬਾਈਬਲ ਸੋਹਣੀ ਹੋਏ ਜਾਂ ਨਾ ਹੋਏ, ਉਹਦਾ ਕਰੈਕਟਰ ਸੋਹਣਾ ਨਾ ਹੋਏ ਜਾਂ ਨਾ ਹੋਏ, ਬਾਅਦ ਉਹਦੀ ਅੱਖਾਂ, ਉਹਦੇ ਲਿਪਸ, ਉਹਦਾ ਉਹਦੀ ਬੋਡੀ, ਉਹਦਾ ਸਭ ਕੁਝ ਸੋਹਣਾ ਦਿਖਣਾ ਚਾਹੀਦਾ। ਉਹਨੂੰ ਕੱਪੜਾ ਲੀੜਾ ਜਚਣਾ ਚਾਹੀਦਾ, ਕਿਉਂਕਿ ਪੁਰਾਣਾ ਸਭ ਅੱਜ ਵੀ ਨਹੀਂ ਬਦਲਿਆ।